ਅਸੀਂ ਸਰਕਾਰ ਦੇ ਇੰਡਸਟਰੀ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਪਰ ਮਜ਼ਦੂਰਾਂ ਨੂੰ ਦਿਹਾੜੀ ਸਨਅਤਕਾਰ ਨਹੀਂ ਦੇ ਸਕਦੇ ਇਹ ਕਹਿਣਾ ਹੈ ਲੁਧਿਆਣਾ ਦੇ ਇਹਨਾਂ ਸਨਅਤਕਾਰਾਂ ਦਾ ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਜਿੱਥੇ ਲੋਕਡਾਊਨ ਦੀ ਮਿਆਦ ਵਧਾਈ ਗਈ ਹੈ ਉੱਥੇ ਸਨਅਤਾਂ ਨੂੰ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕੁਝ ਸ਼ਰਤਾਂ ਨਾਲ ਵੱਖ ਵੱਖ ਖੇਤਰਾਂ ਦੇ ਵਿੱਚ ਇੰਡਸਟਰੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਅੱਜ MHA ਵੱਲੋਂ ਇੱਕ ਕੁਝ ਇੰਡਸਟਰੀਜ਼ ਨੂੰ ਖੋਲ੍ਹਣ ਬਾਰੇ ਅਤੇ ਉਹਨਾਂ ਦੇ ਇੰਡਸਟਰੀ ਦਾ ਕੰਮ ਚਾਲੂ ਕਰਾਉਣ ਵਾਸਤੇ ਕੁਝ ਇੱਕ PDF MHA ਵੱਲੋਂ ਜਾਰੀ ਹੋਈ ਹੈ ਜੋ ਕਿ ਸਰਕਾਰ ਵਾਸਤੇ ਇੱਕ ਬਹੁਤ ਜ਼ਰੂਰੀ ਕਦਮ ਹੋ ਗਿਆ ਸੀ। ਅਸੈਂਸ਼ੀਅਲ ਕਮੋਡਿਟੀਜ਼ ਦੀ ਅਤੇ ਹੋਰ ਚੀਜ਼ਾਂ ਦੀ ਰੈਗੂਲਰ ਸਪਲਾਈ ਵਾਸਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਲਾਕਡਾਊਨ ਦੇ ਵਿੱਚ ਉਹਨਾਂ ਦੀ ਜ਼ਰੂਰੀ ਜਿਹੜੀ ਹੈ ਸਪਲਾਈ ਵਾਸਤੇ ਇਹ ਬੜਾ ਜ਼ਰੂਰੀ ਕਦਮ ਸੀ ਜੋ ਇਹ ਸਰਕਾਰ ਵੱਲੋਂ ਇੱਕ ਸ਼ਲਾਘਾਯੋਗ ਕੰਮ ਕੀਤਾ ਗਿਆ। ਸਰਕਾਰ ਨੇ ਗਾਈਡਲਾਈਨਸ ਜਾਂ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈ ਔਰ ਬੜੀ ਜ਼ਰੂਰੀ ਗੱਲ ਹੈ ਵੀ ਇੰਡਸਟਰੀਜ਼ ਨੂੰ ਇਸ ਇਹਨਾਂ ਐਡਵਾਈਜ਼ਰੀ ਬਾਰੇ ਇਹਨਾਂ ਗਾਈਡਲਾਈਨਸ ਬਾਰੇ ਬਹੁਤ ਜ਼ਿਆਦਾ ਧਿਆਨ ਰੱਖਣਾ ਪਏਗਾ ਜਿਵੇਂ ਕਿ ਸੋਸ਼ਲ ਡਿਸਟੈਂਸਿੰਗ ਹੈ ਜਾਂ ਅੰਦਰ ਸਾਰੇ ਜਿੱਥੇ ਕੰਮ ਕਰਨਾ ਹੈ ਉੱਥੇ ਸਾਰੀ ਸੈਨੀਟਾਈਜੇਸ਼ਨ ਹੋਣੀ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਦੇ ਵਿੱਚ ਜਦ ਸਨਅਤ ਬੰਦ ਪਈ ਹੈ ਦਿਹਾੜੀ ਦੇਣ ਤੋਂ ਸਮਰਥ ਨਹੀਂ ਤੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ ਕਰਦੇ ਨੇ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਿਦੇਸ਼ਾਂ ਦੀ ਤਰਜ਼ ਤੇ ਰਾਹਤ ਪੈਕੇਜ ਦੇ ਤੇ ਮਜ਼ਦੂਰਾਂ ਦੀ ਦਿਹਾੜੀ ਦਾ ਵੀ ਹੱਲ ਕਰੇ ਕਿਉਂਕਿ ਸਨਅਤਕਾਰਾਂ ਦਾ ਮੰਨਣਾ ਹੈ ਕਿ ਸਿਰਫ ਇੰਡਸਟਰੀ ਸ਼ੁਰੂ ਕਰਨ ਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੋਏਗਾ। ਇਹ ਜਿਹੜੇ ਅੱਜ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਇੱਕ ਨੋਟੀਫਿਕੇਸ਼ਨ ਆਇਆ ਇੰਡਸਟਰੀ ਨੂੰ ਚਲਾਉਣ ਦਾ, ਅਸੀਂ ਆਲ ਇੰਡਸਟਰੀਜ਼ ਐਂਡ ਟ੍ਰੇਡ ਫੋਰਮ ਵੱਲੋਂ ਇਹਦਾ ਸਵਾਗਤ ਕਰਦੇ ਹਾਂ। ਅਸੀਂ ਲਾਸਟ ਫਰਾਈਡੇ ਪ੍ਰਧਾਨ ਮੰਤਰੀ ਜੀ ਕੋਲ ਮੰਗ ਕੀਤੀ ਸੀ ਕਿ ਇੰਡਸਟਰੀ ਨੂੰ ਥੋੜ੍ਹਾ ਬਹੁਤ ਚਲਾਇਆ ਜਾਵੇ, ਕੰਸਟਰਕਸ਼ਨ ਸੈਕਟਰ ਨੂੰ ਚਲਾਇਆ ਜਾਵੇ ਤਾਂ ਕਿ ਥੋੜ੍ਹਾ ਬਹੁਤ ਜਿਹੜਾ ਉਦਯੋਗ ਦਾ ਪਹੀਆ ਉਹ ਚੱਲਣਾ ਸ਼ੁਰੂ ਹੋਵੇ। ਲੇਕਿਨ ਸਾਡੀ ਜਿਹੜੀ ਬਹੁਤ ਵੱਡੀ ਇੱਕ ਮੰਗ ਸੀਗੀ ਕਿ ਇੰਡਸਟਰੀ ਨੂੰ ਕੋਈ ਰਾਹਤ ਪੈਕੇਜ ਦਿੱਤਾ ਜਾਵੇ, ਇਹਦੇ ਵਿੱਚ ਉਹਦਾ ਕਿਤੇ ਵੀ ਜ਼ਿਕਰ ਜਿਹੜਾ ਮਿਨਿਸਟਰੀ ਵੱਲੋਂ ਨਹੀਂ ਕੀਤਾ ਗਿਆ, ਨਾ ਹੀ ਸਾਡੀਆਂ ਲੇਬਰ ਦੀਆਂ ਵੇਜਿਸ ਦਾ ਕਿਤੇ ਜ਼ਿਕਰ ਕੀਤਾ ਗਿਆ ਅਤੇ ਨਾ ਹੀ ਸਾਡੇ ਬੈਂਕਾਂ ਦੇ ਵਿਆਜਾਂ ਦਾ ਕਿਤੇ ਜ਼ਿਕਰ ਕੀਤਾ ਗਿਆ। ਕੋਰੋਨਾ ਵਾਇਰਸ ਦੇ ਚੱਲਦਿਆਂ ਦੁਨੀਆ ਦਾ ਹਰ ਦੇਸ਼ ਮੰਦੀ ਦਾ ਸ਼ਿਕਾਰ ਹੋ ਰਿਹਾ ਹੈ। ਸਰਕਾਰਾਂ ਸਾਹਮਣੇ ਵੀ ਦੋਹਰੀ ਚੁਣੌਤੀ ਹੈ, ਇੱਕ ਤਾਂ ਕੋਰੋਨਾ ਜੰਗ ਨਾਲ ਲੜਨ ਦੀ ਤੇ ਦੂਜੀ ਆਰਥਿਕ ਮੰਦੀ ਦੇ ਨਾਲ ਨਜਿੱਠਣ ਦੀ। ਹੁਣ ਵੇਖਣਾ ਹੈ ਕਿ ਸਰਕਾਰ ਸਨਅਤਕਾਰਾਂ ਦੀ ਇਸ ਮੰਗ ਤੇ ਕੀ ਕਾਰਵਾਈ ਕਰਦੀ ਹੈ। ਲੁਧਿਆਣਾ ਤੋਂ ਸੰਜੀਵ ਸੂਦ ਦੇ ਨਾਲ ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ।